ਸਾਡੇ ਪਿੰਡ ਚੋਂ ਸਾਨੂੰ ਕੋਝੇ ਮਜ਼ਾਕ ਹੁੰਦੇ ਸੀ ਯਾਰਾਂ ਦੋਸਤਾਂ ਵੱਲੋਂ ਕੋਝੇ ਮਜ਼ਾਕ ਹੁੰਦੇ ਸੀ ਵੀ ਵੱਡੇ ਕਲਾਕਾਰ ਬਣੇ ਆ ਇਹ ਵੱਡੇ ਗੀਤਕਾਰ ਬਣੇ ਆ ਇਹ ਕੰਮ ਨਹੀਂ ਕਰਦੇ ਗੇ ਇਹ ਕਿੱਥੋਂ ਇਹ ਕਲਾਕਾਰ ਬਣ ਜਾਣਗੇ ਕਲਾਕਾਰਨੀਆਂ ਕਰਨੀਆਂ ਬਹੁਤ ਔਖੀਆਂ ਬਈ ਮੈਨੂੰ ਕਹਿੰਦਾ ਪੁੱਤਰਾ ਇੱਕੋ ਹੀ ਗੱਲ ਤੈਨੂੰ ਮੈਂ ਦੱਸਦਾ ਤੇਰੇ ਕੋਲ ਜ਼ਮੀਨ ਹੈਗੀ ਆ ਮੈਂ ਕਿਹਾ ਜੀ ਨਹੀਂ ਕਹਿੰਦਾ ਫਿਰ ਤੈਨੂੰ ਕਲਾਕਾਰਾਂ ਪਿੱਛੇ ਗੇੜੇ ਮਾਰਨ ਦੀ ਕੋਈ ਲੋੜ ਨਹੀਂ ਤੂੰ ਕੋਈ ਉਹ ਕੰਮ ਕਰ ਜਿਹਦੇ ਜਿਹੜੇ ਕਲਾਕਾਰ ਤੈਨੂੰ ਸੱਦਣ ਤੈਨੂੰ ਫੋਨ ਕਰਨ ਵੀ ਸਾਡੇ ਕੋਲ ਆ ਸਾਨੂੰ ਤੇਰੀ ਲੋੜ ਹੈ ਆਪਣੀ ਭੈਣ ਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਆਪਣੀ ਧੀ ਨੂੰ ਆਪਾਂ ਸ਼ੇਅਰ ਕਰ ਸਕੀਏ ਵੀ ਅਸੀਂ ਭੈਣ ਜੀ ਮੇਰੀ ਇਹ ਧੀਏ ਮੇਰੀ ਇਹ ਮਾਂ ਜੀ ਮੈਂ ਆਹ ਬੈਠ ਕੇ ਸੁਣੋ ਮੈਂ ਆਹ ਗੀਤ ਲਿਖਿਆ ਸ਼ਾਮ ਨੂੰ ਜਦੋਂ ਅਸੀਂ ਸਟੇਜ ਲਾ ਕੇ ਆਏ ਤਾਂ ਘਰੂ ਸਾਹਿਬ ਨੇ ਮੈਨੂੰ ਉਸ ਸਟੇਜ ਦਾ ਜੀ 350 ਰੁਪਈਆ ਦਿੱਤਾ ਉਸ ਟਾਈਮ 'ਚ ਅਤੇ ਮਤਲਬ 96-97 ਦੀ ਗੱਲ ਹੀ ਹੈ ਅਤੇ ਮੈਨੂੰ ਮਨ ਨੂੰ ਐਂ ਹੋਇਆ ਵੀ ਯਾਰ ਆਹ ਤਾਂ ਕੰਮ ਬਹੁਤ ਵਧੀਆ ਕਹਿੰਦਾ ਕਲਾਕਾਰ ਗੀਤ ਕਰਦੇ ਆ ਪੈਸੇ ਲੈ ਕੇ ਜੇ ਤਾਂ ਪੈਸੇ ਹੈਗੇ ਆ ਤਾਂ ਚੁੱਪ ਕਰਕੇ ਜਿਹਨੂੰ ਮਰਜ਼ੀ ਗੀਤ ਦੇ ਜਾ ਪੈਸੇ ਦੇ ਜਾ ਤੇਰਾ ਗੀਤ ਹੋ ਜੂਗਾ ਜੇ ਪੈਸੇ ਹੈ ਨਹੀਂ ਤਾਂ ਫਿਰ ਕਲਾਕਾਰਾਂ ਪਿੱਛੇ ਗੀਤ ਗੇੜੇ ਮਾਰਨ ਦਾ ਕੋਈ ਫਾਇਦਾ ਨਹੀਂ ਮਿਊਜ਼ਿਕ ਪੁਆਇੰਟ ਐਂਡ ਬੂਟਾ ਸੋਨੀ ਪੇਸ਼ ਕਰਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਪਰ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਬੂਟਾ ਸੋਨੀ ਬਠਿੰਡਾ ਇੱਕ ਵਾਰ ਫਿਰ ਤੁਹਾਡਾ ਮਨਪਸੰਦ ਪ੍ਰੋਗਰਾਮ ਗੁੰਮਨਾਮ ਪਰਿੰਦੇ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਅਸੀਂ ਵੱਖ ਵੱਖ ਕਲਾਕਾਰਾਂ ਨੂੰ ਵੱਖ ਵੱਖ ਗੀਤਕਾਰਾਂ ਨੂੰ ਵੱਖ ਵੱਖ ਸੰਗੀਤਕਾਰਾਂ ਨੂੰ ਵੱਖ ਵੱਖ ਸਾਹਿਤਕਾਰਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਰਹਿੰਦੇ ਹਾਂ ਅੱਜ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਨਾਮੀ ਪਿੰਡ ਦੇ ਵਿੱਚ ਪਿੰਡ ਚੱਕ ਸੁਹੇਲੇ ਵਾਲੇ ਵਿੱਚ ਪਹੁੰਚੇ ਹਾਂ ਜਿੱਥੋਂ ਦੇ ਇੱਕ ਬਹੁਤ ਅੱਛੇ ਗੀਤਕਾਰ ਨੇ ਇੱਕ ਮੰਚ ਸੰਚਾਲਕ ਨੇ ਇੱਕ ਲੇਖਕ ਨੇ ਸੋ ਮੈਂ ਮਿਲਾਉਣ ਜਾ ਰਿਹਾ ਮੇਰੀ ਮੁਰਾਦ ਹੈ ਬਾਈ ਬਿੰਦਰ ਚੱਕ ਸੁਹੇਲੇ ਵਾਲੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਲੱਗ ਰਹੇ ਬਹੁਤ ਵਧੀਆ ਬਾਈ ਜੀ ਠੀਕ ਠਾਕ ਬਹੁਤ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚੜ੍ਹਦੀ ਸਭ ਤੋਂ ਪਹਿਲਾਂ ਬਾਈ ਜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਾਂ ਰਸਮੀ ਸਵਾਲ ਦੇ ਨਾਲ ਗੱਲਬਾਤ ਨੂੰ ਸ਼ੁਰੂ ਕਰਨ ਲੱਗੇ ਹਾਂ ਹਾਂਜੀ ਹਾਂਜੀ ਆਪਣਾ ਜਿਹੜਾ ਪਰਿਵਾਰਕ ਪਿਛੋਕੜ ਹੈ ਕੀ ਹੈ ਸਾਡਾ ਪਿਛੋਕੜ ਤਾਂ ਬਹੁਤ ਗਰੀਬ ਘਰ ਦਾ ਜੀ ਬਹੁਤ ਗਰੀਬੀ 'ਚੋਂ ਪੈਦਾ ਹੋਏ ਹਾਂ ਬਹੁਤ ਗਰੀਬੀ 'ਚ ਹੁਣ ਤੱਕ ਰਹੇ ਹਾਂ ਅਤੇ ਹੁਣ ਵੀ ਗਰੀਬੀ 'ਚ ਹੀ ਰਹਿ ਰਹੇ ਹਾਂ ਸੋ ਸਾਡਾ ਜਿਹੜਾ ਪਿਛੋਕੜ ਸੀ ਅਸੀਂ 3 ਭਾਈ ਹਾਂ 2 ਭੈਣਾਂ ਮੇਰੇ ਫਾਦਰ ਸਾਹਿਬ 5 ਭਰਾ ਸੀ ਉਹਨਾਂ ਦੇ 2 ਭੈਣਾਂ ਸੀ ਅਤੇ ਉਹਨਾਂ ਨੇ ਬੜੀ ਗਰੀਬੀ ਰੇਖਾ 'ਚ ਸਾਨੂੰ ਪੜ੍ਹਾਇਆ ਬੜੀ ਗਰੀਬੀ ਰੇਖਾ 'ਚ ਸਾਨੂੰ ਇੱਥੋਂ ਤੱਕ ਲਿਆਂਦਾ ਅਤੇ ਤੁਹਾਡੇ ਵਰਗੇ ਭਰਾਵਾਂ ਦੇ ਪਿਆਰ ਸਦਕਾ ਉਹ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਮਾਂ ਸਰਸਵਤੀ ਦੀ ਐਸੀ ਮਿਹਰ ਹੋਈ ਅਤੇ ਅੱਜ ਤੁਹਾਡੇ ਸਾਹਮਣੇ ਜਿੰਨੇ ਕੁ ਹੈਗੇ ਆ ਜੋ ਵੀ ਹੈਗੇ ਆ ਤੁਹਾਡੇ ਸਾਹਮਣੇ ਬੈਠੇ ਬਾਈ ਜੀ ਜੇ ਗੱਲ ਕਰੀਏ ਆਪਾਂ ਤੁਹਾਡੀ ਪੜ੍ਹਾਈ ਦੀ ਵਿੱਦਿਆ ਅਤੇ ਯੋਗਤਾ ਦੀ ਵਿੱਦਿਆ ਯੋਗਤਾ ਤੁਸੀਂ ਕਿੱਥੋਂ ਕਿੱਥੋਂ ਅਤੇ ਕਿੰਨੀ ਕੁ ਹਾਸਲ ਕੀਤੀ ਹੈ ਵਿੱਦਿਆ ਯੋਗਤਾ ਤਾਂ ਜੀ ਮੈਂ ਅੰਡਰ ਮੈਟ੍ਰਿਕ ਹੀ ਹੈ ਆਪਣੇ ਪਿੰਡ ਨਿਵਾਸ ਥਾਣਾ ਚੱਕ ਸੇਲੇ ਵਾਲਾ ਹੀ ਕਰੀਏ ਅਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਸ਼ੌਂਕ ਦੀ ਤੁਹਾਡੇ ਸ਼ੌਂਕ ਜਿਹੜੇ ਹੈਗੇ ਨੇ ਕਿਹੜੇ ਕਿਹੜੇ ਸ਼ੌਂਕ ਨੇ ਬਾਈ ਜੀ ਸ਼ੌਂਕ ਮੇਰੇ ਹਰੀਆਂ ਸਬਜ਼ੀਆਂ ਪੈਦਾ ਕਰਨੀਆਂ ਸੋ ਨਾਲ ਨਾਲ ਪੜ੍ਹਦੇ ਰਹਿਣਾ ਮੈਨੂੰ ਅੱਜ ਵੀ ਸ਼ੌਂਕ ਆ ਅਖਬਾਰ ਪੜ੍ਹ ਲਿਆ ਕੋਈ ਸਾਹਿਤ ਕਿਤਾਬ ਪੜ੍ਹ ਲਈ ਕੋਈ ਚੁਟਕਲੇ ਕਹਾਣੀਆਂ ਦੀ ਕਿਤਾਬ ਪੜ੍ਹ ਲਈ ਜਿਹਦੇ 'ਚੋਂ ਆਪਾਂ ਨੂੰ ਕੋਈ ਸਿਹਤ ਮਿਲਦੀ ਹੋਵੇ ਕੋਈ ਸਰੀਰਕ ਸਿੱਖਿਆ ਬਾਰੇ ਸਿਹਤ ਕਿਤਾਬ ਪੜ੍ਹ ਲਈ ਕੋਈ ਨਾਲ ਨਾਲ ਜਿਵੇਂ ਚੰਗੇ ਗੀਤਕਾਰਾਂ ਦੀਆਂ ਕਹਾਣੀਕਾਰਾਂ ਦੀਆਂ ਸਾਹਿਤਕਾਰਾਂ ਦੀਆਂ ਕਿਤਾਬਾਂ ਪੜ੍ਹ ਲਈਆਂ ਜਿਵੇਂ ਸੁਰਜੀਤ ਸਿੰਘ ਪਾਤਰ ਸਾਹਿਬ ਹੋ ਗਏ ਭਾਈ ਬੇਬੀ ਮਖਸੂਸਪੁਰੀ ਜੀ ਹੋ ਗਏ ਉਹਨਾਂ ਦੇ ਕਾਫੀ ਜਿਹੜੇ ਕਿੱਸੇ ਵਗੈਰਾ ਪੜ੍ਹੇ ਹੋਏ ਆ ਜੀ ਅਤੇ ਪੜ੍ਹਨ ਦਾ ਸ਼ੌਂਕ ਵੀ ਰੱਖਦੇ ਫਿਰ ਭਾਈ ਜੀ ਤੁਹਾਨੂੰ ਜਿਹੜਾ ਤੁਸੀਂ ਗੀਤਕਾਰੀ ਖੇਤਰ ਚੁਣਿਆ ਹੈ ਨਾ ਤੁਹਾਡਾ ਇੱਕ ਵੱਡਾ ਨਾਮ ਹੈ ਗੀਤਕਾਰੀ ਖੇਤਰ ਦੇ ਵਿੱਚ ਤੁਸੀਂ ਇਸ ਗੀਤਕਾਰੀ ਖੇਤਰ ਨੂੰ ਕਿਵੇਂ ਚੁਣਿਆ ਕਦੋਂ ਚੁਣਿਆ ਅਤੇ ਇਹ ਤੁਹਾਨੂੰ ਚਿੰਗ ਕਿਵੇਂ ਲੱਗੀ ਦੇਖੋ ਜੀ ਬਹੁਤ ਸਾਰੇ ਗੀਤਕਾਰ ਅਤੇ ਬਹੁਤ ਸਾਰੇ ਕਲਾਕਾਰ ਇਹ ਆਵਾਜ਼ ਉਠਾਉਂਦੇ ਆ ਵੀ ਸਾਨੂੰ ਤਾਂ ਜੀ ਸਕੂਲ 'ਚੋਂ ਸ਼ੌਂਕ ਪਿਆ ਜੀ ਸਾਡੀ ਬਾਲ ਸਭਾ ਹੁੰਦੀ ਸੀ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਗੀਤਕਾਰ ਕਹਿ ਦਿੰਦੇ ਆ ਜੀ ਮੈਂ ਫਲਾਣੇ ਨੂੰ ਸੁਣ ਸੁਣ ਕੇ ਲਿਖਣ ਲੱਗਿਆ ਜੀ ਸੋ ਮੈਂ ਫਲਾਣੇ ਨੂੰ ਸੁਣ ਕੇ ਗਾਉਣ ਲੱਗਿਆ ਜਾਂ ਸਕੂਲ 'ਚੋਂ ਗਾਉਣ ਲੱਗਿਆ ਅਤੇ ਜਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਅਸੀਂ ਤਾਂ ਬਾਥਰੂਮ 'ਚ ਗਾਉਂਦੇ ਹੁੰਦੇ ਸੀ ਜੀ ਕਿਉਂਕਿ ਸਾਡੇ ਤਾਂ ਨਾ ਬਾਥਰੂਮ ਸੀਗਾ ਜੀ
ना सानू स्कूल च गाउण दा मौका मिलिया। असी खेती करदे समय खेतां च गाउंदे हुंदे सी जी, मंझां चारदे पशु चारदे हुंदे सी, उदों असी गाउणा जिवें कुलदीप मानक साहब दीआं कलियां, चमकीला साहब दे गीत, असी उदों टेप रिकाटां हुंदियां सी, आम मोटरां मोटरां ते वजदियां हुंदियां सी टेप रिकाटां, उन्हां चों गीत सुनने, जां उदों गोल तवें वालियां वड्डियां मशीनां हुंदियां सी जी, ग्रामोफोन, हाँ उह जी, जदों कितें पिंड च स्पीकर लग जाणा ते असी उत्थे जा के सारिआं ने इकट्ठे हो के उत्थे उह स्पीकर वाले ने चाबी जी भर के गीत वजाई जाणे, असी उह सुणी जाणे, उह सुणी जाणे ते उदों तुहानूं पता बचपन च थोड़ा जिहा दिमाग बहुत ज़्यादा फ्रैश हुंदा ते उह मन च रिकॉर्ड होई जांदे सीगे, जिधर नूं किसे नूं ला लईए बच्चा उधर मुड़ जांदा, उवें लग जांदे सीगे जी, ते असी तां जी उह सुण सुण के बाकी थोड़ा जिहा संगीत नाल ते गीत का गीत करी खेतर नाल साडा परिवार जिहड़ा थोड़ा जिहा संबंधित सी पहले दिन तों ही, क्योंकि मेरे चाचा जी चमकौर सिंह जी सेलेवाला, मेरे फादर साहब बिशन सिंह जी, मेरे वड्डे फादर साहब, मेरे ताया जी जिन्हां नूं कह दिंदे आ गुरमीत सिंह जी अनपढ़, ये तिन्ने भरा गाउंदे रहे ने ਭੋਗਾਂ ਤੇ ਜਾ ਕੇ, ਖੁਸ਼ੀ ਦੇ ਭੋਗਾਂ ਤੇ ਗੁਰਦੁਆਰਿਆਂ ਚ, ਸੰਗਰਾਂਦਾਂ ਤੇ, ਪੁੰਨਿਆਂ ਤੇ, ਮੱਸਿਆ ਤੇ, ਮਤਲਬ ਗਾਉਂਦੇ ਰਹੇ ਆ ਜੀ, ਆਪਣੇ ਸਮੇਂ ਦੇ ਵਧੀਆ ਉਸ ਟਾਈਮ ਦੇ ਕਲਾਕਾਰ, ਵਧੀਆ ਕਲਾਕਾਰ ਸੀ, ਸਾਨੂੰ ਉੱਥੋਂ ਚਟਕ ਲੱਗਦੀ ਲੱਗਦੀ ਲੱਗਦੀ, ਤੇ ਜਿਵੇਂ ਕਹਿੰਦੇ ਆ ਜੱਟ ਦਾ ਪੁੱਤ ਹਾਲੀ ਵਾਹੁੰਦਾ ਹੁੰਦਾ ਤੇ ਬਾਣੀਏ ਦਾ ਪੁੱਤ ਦੁਕਾਨ ਹੀ ਕਰਦਾ, ਤੇ ਕਲਾਕਾਰਾਂ ਦੇ ਪੁੱਤ ਫਿਰ ਕਲਾਕਾਰੀ ਕਰਨਗੇ ਜੀ, ਸਾਨੂੰ ਉਹ ਚਟਕ ਲੱਗੀ ਹੋਈ ਹੈ। ਅਸੀਂ ਤਾਂ ਜੀ ਇੱਥੋਂ ਖੇਤਾਂ 'ਚ ਮੱਝਾਂ ਚਾਰਦੇ ਗਾਉਂਦੇ ਤੇ ਐਂ ਬਣਿਆ ਸੀ, ਨਾ ਤਾਂ ਬਾਲ ਸਭਾ 'ਚੋਂ ਬਣਿਆ ਨਾ ਸਕੂਲ 'ਚੋਂ ਬਣਿਆ। ਅਤੇ ਬਿੰਦਰ ਬਾਈ ਜੀ, ਇੱਕ ਗੱਲ ਮੈਨੂੰ ਹੋਰ ਦੱਸੋ ਵੀ ਤੁਸੀਂ, ਤੁਹਾਨੂੰ ਯਾਦ ਹੋਣਾ ਤੁਸੀਂ ਪਹਿਲੀ ਵਾਰੀ ਕੁਛ ਲਿਖਿਆ ਹੋ ਜਦੋਂ, ਤਾਂ ਉਹ ਕੀ ਲਿਖਿਆ ਸੀ, ਕਦੋਂ ਲਿਖਿਆ ਸੀ ਅਤੇ ਕਿਹਨੂੰ ਦਿਖਾਇਆ ਸੀ ਕਿ ਬਾਈ ਮੈਂ ਆਹ ਕੁਛ ਲਿਖਿਆ, ਥੋੜ੍ਹਾ ਜਿਹਾ ਐਂ ਜਿਹਾ ਲਿਖਿਆ ਗਾ, ਹੈ ਨਾ, ਕਿਵੇਂ ਜਿਹਾ ਮਹਿਸੂਸ ਹੋਇਆ ਸੀ? ਦੇਖੋ ਪਹਿਲੀ ਵਾਰੀ ਮੈਂ ਗੀਤ ਲਿਖਿਆ ਸੀਗਾ ਜੀ, ਅਤੇ ਮੈਂ ਨਾ ਉਹ ਗੀਤ ਸਾਡੇ ਬਹੁਤ ਹੀ ਵਧੀਆ ਸਤਿਕਾਰਯੋਗ ਨੇ ਹਰਨੇਕ ਘਰੂ ਜੀ, ਉਹਨਾਂ ਨੂੰ ਮੈਂ ਗੀਤ ਦਿਖਾਇਆ ਸੀ, ਇੱਕ ਮੈਂ ਪਹਿਲਾਂ ਗੀਤ ਲਿਖਿਆ ਸੀ, ਮੈਂ ਅੱਜ ਉਹਦੇ ਬੋਲ ਨਹੀਂ ਬੋਲਣੇ ਚਾਹੁੰਦਾ, ਕਿਉਂਕਿ ਉਦੋਂ ਸਮਾਂ ਹੀ ਇੱਦਾਂ ਦਾ ਹੁੰਦਾ ਸੀਗਾ, ਅੱਜ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਨੂੰ। ਉਹਨਾਂ ਨੂੰ ਮੈਂ ਗੀਤ ਵਿਖਾਇਆ ਅਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਵਿੰਦਰ ਗੀਤ ਤੇਰਾ ਬਹੁਤ ਵਧੀਆ, ਕਿਤੇ ਸਮਾਂ ਮਿਲਿਆ ਤਾਂ ਰਿਕਾਰਡ ਕਰਾਂਗੇ। ਉਹ ਫਿਰ ਸਾਡਾ ਗਗਨ ਆਡੀਓ 'ਚੋਂ ਰਿਕਾਰਡ ਹੋਇਆ ਸੀਗਾ ਜੀ, ਜਿਹਦੇ ਪ੍ਰੋਡਿਊਸਰ ਰਣਜੀਤ ਅਰੋੜਾ ਜੀ ਬਠਿੰਡਾ ਦੇ ਹੁੰਦੇ ਸੀ, ਉਹਦੇ 'ਚ ਸਾਡਾ ਉਹ ਗੀਤ ਮੇਰਾ ਰਿਕਾਰਡ ਹੋਇਆ ਸੀਗਾ ਜੀ। ਉਦੋਂ ਬਾਅਦ ਫਿਰ ਕਾਫੀ ਲੰਬਾ ਸਮਾਂ ਅਸੀਂ ਬਠਿੰਡੇ 'ਚ ਰਹੇ ਹਰਨੇਕ ਘਰੂ ਜੀ ਨਾਲ, ਮਤਲਬ ਉੱਥੇ ਗੀਤ ਲਿਖਦੇ ਰਹੇ, ਕੰਮ ਕਰਦੇ ਰਹੇ, ਉੱਥੇ ਕਾਫੀ ਲੰਬੀ ਚੌੜੀ ਸਾਰੀ ਇੱਕ ਟੀਮ ਬਣ ਗਈ ਸੀ, ਬੇਦੋਸ਼ ਨੰਦਗੜੀ ਹੈ ਗੀਤਕਾਰ, ਅੱਜ ਬਹੁਤ ਅੱਛੇ ਗੀਤਕਾਰ ਨੇ ਸਾਡੇ ਭਰਾ, ਉਹਨਾਂ ਦੇ ਨਾਲ ਅਸੀਂ ਉੱਥੇ ਇਕੱਠੇ ਰਹੇ ਹਾਂ, ਬਾਈ ਕੰਦੀ ਡੇਲਿਆਂ ਵਾਲੀ ਵਾਲਾ, ਅਤੇ ਮੈਂ ਹੁੰਦਾ ਸੀਗਾ ਜੀ ਰਿੰਟੂ ਸੰਮਿਆਂ ਵਾਲੀ ਤੋਂ, ਇੱਕ ਜਿਹੜੇ ਬਹੁਤ ਅੱਛੇ ਸਿੰਗਰ ਨੇ, ਅੱਜ ਕੱਲ੍ਹ ਬਹੁਤ ਨਾਮ ਕਮਾਇਆ ਉਹਨਾਂ ਨੇ ਛਿੰਦਾ ਚੌਂਕੀ, ਕਾਫੀ ਅਸੀਂ ਉੱਥੇ ਇਕੱਠੇ ਰਹੇ ਹਾਂ ਜੀ। ਉੱਥੇ ਸਾਨੂੰ ਗੀਤ ਲਿਖਣ ਦਾ ਮੌਕਾ ਮਿਲਿਆ, ਉੱਥੇ ਕਾਫੀ ਫਿਰ ਸਾਡੇ ਪਹਿਲ ਕੰਪਨੀ 'ਚ ਮੇਰਾ ਇੱਕ ਗੀਤ ਰਿਕਾਰਡ ਹੋਇਆ ਸੀਗਾ ਜੀ, ਵਰਿੰਦਰ ਵਰਾਗ ਮੁੰਡਾ ਜਿਹੜਾ ਬਹੁਤ ਅੱਛਾ ਆਰਟਿਸਟ ਆ, ਉਹਨਾਂ ਨੇ ਗੀਤ ਗਾਇਆ ਸੀ, ਮੇਰਾ ਇੱਕ ਕੈਮਰੇ 'ਤੇ ਮੈਂ ਗੀਤ ਲਿਖਿਆ ਸੀਗਾ ਜੀ। ਉਸ ਤੋਂ ਬਾਅਦ ਜੀ ਇੱਕ ਮੇਰਾ ਟਰੱਕ ਡਰਾਈਵਰਾਂ ਦਾ ਗੀਤ ਆਇਆ ਸੀ, ਪਿੱਛੇ ਲੱਗ ਗਿਆ, DTO ਅਮਰਜੀਤ ਨਗੀਨਾ ਜੀ ਨੇ ਗਾਇਆ। ਫਿਰ ਇੱਕ ਮੇਰਾ ਗੀਤ ਮੇਲਾ ਮੇਲੀਆਂ ਪ੍ਰੋਗਰਾਮ 'ਚ ਵੀ ਚੱਲਿਆ ਜੀ, ਬਾਈ ਛਿੰਦਾ ਬਰਾੜ ਮੈਡਮ ਕਰਨਪ੍ਰੀਤ ਜੀ ਬਹੁਤ ਅੱਛੇ ਸੁਪਰਸਟਾਰ ਨੇ, ਅੱਜ ਉਹ ਬਹੁਤ ਅੱਛਾ ਗਾਉਂਦੇ ਨੇ, ਬਹੁਤ ਅੱਛਾ ਵਧੀਆ ਨਾਮ ਆ। ਉਹਨਾਂ ਨੇ ਮੇਰਾ ਇੱਕ ਗੀਤ ਗਾਇਆ ਸੀ, ਸੋਲੋ ਗੀਤ ਸੀ, ਇੱਕ ਮੈਂ ਭੈਣ ਭਰਾ ਪ੍ਰਤੀ ਪਿਆਰ ਲਿਖਿਆ ਸੀਗਾ। ਤੁਰ ਗਿਆ ਕਿਹੜੇ ਰਾਹ ਸਾਨੂੰ ਦੁੱਖਾਂ ਵਿੱਚ ਪਾ, ਤੁਰ ਗਿਆ ਕਿਹੜੇ ਰਾਹ ਸਾਨੂੰ ਦੁੱਖਾਂ ਵਿੱਚ ਪਾ, ਹੁਣ ਮੁੜਕੇ ਵੇ ਕਦੋਂ ਘਰ ਆਉਣਾ, ਮੁੜਕੇ ਵੇ ਕਦੋਂ ਘਰ ਆਉਣਾ, ਰੋਂਦੀ ਤੇਰੀ ਭੈਣ ਵੇ ਪਿਆਰੀ ਨੂੰ, ਰੋਂਦੀ ਤੇਰੀ ਭੈਣ ਨੂੰ ਵੇ ਵੀਰਨਾ, ਗੱਲ ਲਾ ਕੇ ਨੀ ਕਿਸੇ ਨੇ ਵਰਾਉਣਾ, ਰੋਂਦੀ ਤੇਰੀ ਭੈਣ ਵੇ ਪਿਆਰੀ ਨੂੰ, ਗੱਲ ਲਾ ਕੇ ਨੀ ਕਿਸੇ ਨੇ ਵਰਾਉਣਾ। ਸਹੇਲੇ ਵਾਲੇ ਪਿੰਡ ਜਦੋਂ ਰੱਖੜੀ ਨੂੰ ਆਊਂਗੀ, ਕਿਨੂੰ ਅੱਖ ਸੋਹਣਾ ਵੀਰਾ ਬਿੰਦਰ ਬੁਲਾਊਂਗੀ, ਸਹੇਲੇ ਵਾਲੇ ਪਿੰਡ ਜਦੋਂ ਰੱਖੜੀ ਨੂੰ ਆਊਂਗੀ, ਕਿਨੂੰ ਅੱਖ ਸੋਹਣਾ ਵੀਰਾ ਬਿੰਦਰ ਬੁਲਾਊਂਗੀ, ਤੂੰ ਨੀ ਗਲੀਆਂ ਚੋਂ ਪਾਲਿਆ ਤੇ ਆਉਣਾ, ਹਾਏ ਨੀ ਗਲੀਆਂ ਚੋਂ ਪਾਲਿਆ ਤੇ ਆਉਣਾ, ਰੋਂਦੀ ਤੇਰੀ ਭੈਣ ਨੂੰ ਵੇ ਵੀਰਣਾ, ਰੋਂਦੀ ਤੇਰੀ ਭੈਣ ਵੇ ਪਿਆਰੀ ਨੂੰ, ਗਾਲੇ
लाके नी किसे ने बरोना वे गाले लाके नी किसे ने बरोना। बहुत बढ़िया बिंदर भाई, शब्दों का जो हेर फेर करना, जोड़ तोड़ करनी है ना, उन्होंने शब्द को मतलब एक रिहा दे लैके जाना, ये सारा कुछ तुम कि करते हो। तो एक गल होर भी, तुम गीतकारी खेत्र किसी उस्ताद भी धारिया होगा। हाँ जी हाँ जी, है ना। तो मैं चाहना जेकर धारिया तो उन्होंने आप जिक्र भी कर लीए। कर लिए जी। सो देखो, सियाने कहिंदे आ गुर बिन ज्ञान नहीं शाह बिना पत नहीं। साढ़े बहुत ही अच्छे नाम, बहुत अच्छे फनकार जिन्होंने काफ़ी वधिया वधिया सिंगर ने उन्होंने गीत गाए ने, अज साडे विचकार नहीं, उन्होंने यादा साडे नाल ने, उन्हां दी बख्शी हुई समत साडे कोले है जिहदे नाल असीं अज दुनिया च विचर रहे हैं। सो स्वर्गवासी उस्ताद मंगत खैलीवाला जी, जिन्हां ने सानू दस्या ट्रैक लिखना, ट्रैक की हुंदा, लिखना की हुंदा, लिखना किवें आ, शब्द किवें उचारने आ, गीत नूं किवें रफ लिखा जाता, फिर उन्होंने किवें वधिया बनाया जाता, ये सारा कुछ उन्हां कोलों सिख्या जी। किन्ना देर संगत की थी उस्ताद जी? असी तकरीबन जी 8-8.5 साल तक तकरीबन ही असीं कट्ठे रहे हैं बठिंडे च। मैं तुहानूं दस्सिया भी उदों साडी इक टीम बन चुकी सी, काफ़ी उत्थे गीतकार भी मुंडे हुंदे सी, नवें नवें मुंडे भी जांदे रहे हैं। अज भी मेरे नाल ओह बाई जी जुड़े ने, बाई चमकौर सिंह थांडेवाला, बहुत अच्छे गीतकार ने। उन्हां दा भी इक तियां प्रति गीत मेला मेलियां च बाई शिंदे बराड़ दी आवाज़ च लग्गिया सी। ते उदू बाद फिर मेल जोल तां साडा काफ़ी चिर उन्हां दे मरन तक भी हुंदा रहा जी, क्योंकि पिंड उन्होंने कितने जाना, असी मिल के आना, फिर बीमार भी होए 2-3 बारी, उन्होंने पता लैन गए असी, तो काफ़ी लगभग 15-18 साल तक साडा उन्होंने तालमेल होंदा रहा। बिंदर भाई जी, एक गल होर, एक तो कला गीतकार तक सीमित होंदा बंदा, गीत लिख ले चलो कलाकार नूं दे दे, कलाकार ने गा ले, है ना। तो दूजा होंदा एक किसी नूं प्रेजेंटेशन करनी, किसी नूं पेश करना, फिर तुसीं हौली हौली गीतकारी तो पेशकारी वाल भी वधे होंगे, ਤਾਂ ਉਹ ਕਿਹੜਾ ਸਬੱਬ ਸੀ, ਉਹ ਕਿਹੜਾ ਪਲ ਸੀ ਜਦੋਂ ਤੁਸੀਂ ਪਹਿਲੀ ਵਾਰੀ ਕਿਸੇ ਕਲਾਕਾਰ ਨੂੰ ਐਜ ਏ ਪੇਸ਼ ਕੀਤਾ, ਪ੍ਰੈਜੈਂਟੇਸ਼ਨ ਕੀਤੀ, ਪੇਸ਼ਕਸ਼ ਕੀਤੀ, ਉਸ ਆਪਾਂ ਗੱਲ ਦਾ ਵੀ ਜ਼ਿਕਰ ਕਰੀਏ। ਅਸੀਂ ਜੀ ਇੱਕ ਗੁਲਦਸਤਾ ਦਿੱਤਾ ਸੀਗਾ, ਉਹਦੇ 'ਚ ਬਾਈ ਮਨਮੋਹਨ ਸਿੱਧੂ, ਅੰਗਰੇਜ਼ ਸਿੱਧੂ ਜੀ, ਅਤੇ ਵੀਰ ਬਲਜਿੰਦਰ ਬਠਿੰਡੇ ਤੋਂ, ਅਤੇ ਕੇਵਲ ਨਾਨਕਪੁਰੀ, ਰਾਜ ਕੰਡਿਆਰਾ ਜੀ, ਅਤੇ ਹੋਰ ਕਾਫੀ 1-2 ਸਿੰਗਰ। ਉਹਦੇ 'ਚ ਅਸੀਂ ਇੱਕ ਗੁਲਦਸਤਾ ਦਿੱਤਾ ਸੀ ਮੁਕਤਸਰ ਤੋਂ, ਬਾਈ ਪੰਮਾ ਕੋਖਰ ਜੀ ਉਹਨਾਂ ਦੇ ਪ੍ਰੋਡਿਊਸਰ ਸੀਗੇ ਉਸ ਕੰਪਨੀ ਦੇ, ਅਤੇ ਉਹਦੇ 'ਚ ਮੇਰੀ ਪਹਿਲੀ ਪੇਸ਼ਕਸ਼ ਲੱਗੀ ਸੀ ਜੀ ਜਨਾਬ ਹਾਕਮ ਬਖਤਰੀ ਵਾਲਾ ਜੀ ਨਾਲ, ਸਾਡੇ ਦੋਵਾਂ ਦੀ ਫੋਟੋ ਲੱਗੀ ਸੀ ਬਖਤਰੀ ਵਾਲਾ ਸਾਹਿਬ ਦੀ, ਅਤੇ ਮੇਰੀ ਥੱਲੇ ਪੇਸ਼ਕਸ਼ ਲਿਖਿਆ ਸੀ ਹਾਕਮ ਬਖਤਰੀ ਵਾਲਾ ਔਰ ਬਿੰਦਰ ਸੇਲਿਆਲੀਆ, ਗੁਲਦਸਤਾ ਪੇਸ਼ ਕਰਦੇ ਹਾਂ। ਬਾਈ ਜੀ, ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਇੱਕ ਪੇਸ਼ਕਾਰ ਬਣਨ ਦੇ ਵਾਸਤੇ, ਕਿਵੇਂ ਤੁਹਾਨੂੰ ਮਹਿਸੂਸ ਹੋਇਆ ਸੀ ਉਸ ਟਾਈਮ 'ਤੇ ਜੋ ਤੁਹਾਡੀ ਪਹਿਲੀ ਵਾਰੀ ਪੇਸ਼ਕਸ਼ ਲੱਗੀ ਸੀ? ਬਹੁਤ ਵਧੀਆ ਮਹਿਸੂਸ ਹੋਇਆ, ਪਰ ਜਦੋਂ ਇੱਕ ਕੋਈ ਮੁਕਾਮ ਆਪਾਂ ਸੋਚਿਆ ਹੋਵੇ ਵੀ ਇਸ ਤੱਕ ਆਪਾਂ ਪਹੁੰਚਣਾ, ਜਦੋਂ ਉਹਨੂੰ ਹਾਸਲ ਕਰ ਪਾਉਂਦੇ ਹਾਂ ਤਾਂ ਉਦੋਂ ਜਿੰਨੇ ਵੀ ਕਸ਼ਟ ਆਏ ਹੁੰਦੇ ਆ ਉਹ ਸਾਰੇ ਭੁੱਲ ਜਾਂਦੇ ਆ। ਲੇਕਿਨ ਕਸ਼ਟ ਬਹੁਤ ਆਉਂਦੇ ਆ ਇਸ ਖੇਤਰ 'ਚ, ਪਰ ਉਹ ਭੁੱਲ ਜਾਂਦੇ ਆ ਸਾਰੇ, ਕਿਉਂਕਿ ਜਦੋਂ ਅਸੀਂ ਇਸ ਲਾਈਨ 'ਚ ਪੈਰ ਰੱਖਿਆ, ਬੜੀ ਗਰੀਬੀ ਸੀ, ਸਾਡੇ ਪਿੰਡ 'ਚੋਂ ਸਾਨੂੰ ਕੁਝ ਹੀ ਮਜ਼ਾਕ ਹੁੰਦੇ ਸੀ, ਯਾਰਾਂ ਦੋਸਤਾਂ ਵੱਲੋਂ ਕੁਝ ਮਜ਼ਾਕ ਹੁੰਦੇ ਸੀ ਵੀ ਵੱਡੇ ਕਲਾਕਾਰ ਬਣੇ ਆ, ਇਹ ਵੱਡੇ ਗੀਤਕਾਰ ਬਣੇ ਆ, ਇਹ ਕੰਮ ਨਹੀਂ ਕਰਦੇ ਗੇ, ਇਹ ਕਿੱਥੋਂ ਇਹ ਕਲਾਕਾਰ ਬਣ ਜਾਣਗੇ, ਕਲਾਕਾਰੀਆਂ ਕਰਨੀਆਂ ਬਹੁਤ ਔਖੀਆਂ। ਪਰ ਅੱਜ ਉਹੀ ਜਿਹੜੇ ਸੱਜਣ ਆ ਸਾਡੇ, ਜਿਹੜੇ ਸਾਨੂੰ ਕੁਝ ਮਜ਼ਾਕ ਕਰਦੇ ਸੀ, ਅੱਜ ਉਹ ਵਧੀਆ ਤਰੀਕੇ ਨਾਲ ਸਾਨੂੰ ਮਤਲਬ ਸਾਡਾ ਨਾਮ ਲੈ ਕੇ ਪੁਕਾਰਦੇ ਆ, ਕੋਈ ਕਲਾਕਾਰ ਸਾਹਿਬ ਕਹਿ ਕੇ ਬੁਲਾਉਂਦਾ, ਕੋਈ ਗੀਤਕਾਰ ਸਾਹਿਬ ਕਹਿ ਕੇ ਬੁਲਾਉਂਦਾ, ਕੋਈ ਸਹੇਲੀਆ ਸਾਹਿਬ ਕਹਿ ਕੇ ਬੁਲਾਉਂਦਾ, ਮਤਲਬ ਅੱਛਾ ਸਤਿਕਾਰ ਦੇ ਰਹੇ ਅੱਜ ਜੀ। ਅਤੇ ਬਾਈ ਜੀ, ਤੁਸੀਂ ਜ਼ਿਕਰ ਕਰ ਰਹੇ ਸੀ ਵੀ ਤੁਹਾਡੀ ਪੇਸ਼ਕਸ਼ ਹਾਕਮ ਬਖਤਰੀ ਦੇ ਨਾਲ ਇੱਕ ਲੱਗੀ ਸੀ, ਤਾਂ ਉਸ ਤੋਂ ਬਾਅਦ ਕੀ ਮਤਲਬ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ, ਕਿਹੜੀ ਕੰਪਨੀ ਨੇ ਦਿੱਤੀ ਟੇਪ, ਕਦੋਂ ਦਿੱਤੀ ਸੀ, ਉਹ ਟੇਪ ਦਾ ਕੀ ਰਿਸਪੋਂਸ ਰਿਹਾ? ਉਹ ਟੇਪ ਦਾ ਬਹੁਤ ਵਧੀਆ ਰਿਸਪੋਂਸ ਰਿਹਾ ਜੀ, ਉਦੋਂ ਇਕੱਲੇ ਪੋਸਟਰਾਂ ਦੀ ਐਡ ਹੁੰਦੀ ਸੀ, ਕੋਈ ਟੀਵੀ ਦੀ ਤਾਂ ਐਡ ਨਹੀਂ ਹੁੰਦੀ ਸੀਗੀ, ਅਤੇ ਬਹੁਤ ਵਧੀਆ ਰਿਸਪੋਂਸ ਰਿਹਾ ਉਸ ਗੁਲਦਸਤੇ ਦਾ ਜੀ, ਕਾਫੀ ਸਾਨੂੰ ਪਿਆਰ ਸਤਿਕਾਰ ਮਿਲਿਆ। ਉਦੋਂ ਤਕਰੀਬਨ ਸਾਡੇ ਕੋਲ ਫੋਨ ਵੀ ਨਹੀਂ ਹੁੰਦੇ ਸੀਗੇ, ਕਿਉਂਕਿ ਉਦੋਂ ਤਾਂ ਜਦੋਂ ਕੋਈ ਲੋਕ ਮਿਲਦੇ ਸੀ ਉਦੋਂ ਹੀ ਅਗਲਾ ਪਿਆਰ ਸਤਿਕਾਰ ਕਹਿੰਦਾ ਸੀ, ਬਿੰਦਰ ਯਾਰ ਫਲਾਨੇ ਤੁਹਾਡਾ ਪੋਸਟਰ ਲੱਗਿਆ ਵੇਖਿਆ,
उत्थे बख्तरीवाला साहब नाल थोड़ी पेशकश लगी सी थोड़ी दोवां दी, ते सानू तुहानू वधाईआं होण दी सानू बड़ी खुशी हुई है। उदों इक मन नूं बड़ा सकून मिलदा सी जदों कोई सानू वधाईआं दिंदा सी, ते सेलेड़िया साहब जां बिंदर कह के बुलाउंदे सी भाई तुहाडा असीं उहदे च उह वेख्या ते बड़ा वधिया लग्गिआ सानू। बिंदर भाई जी, पहली गल तां जदों तुहाडा पहला गाणा रिकॉर्ड होया जी सर, है ना, उह किहड़ा सन सी? उस तों बाद तुसीं उस कलाकार नाल जुड़े रहे या फिर कलाकार चेंज करता या तुहाडे कोल कलाकार आउण लगे? मेरे ख्याल जी वह जिहड़ा साडा गीत 96 जां 97 च मेरे हिसाब नाल होया, क्योंकि प्रॉपर मेरे याद नहीं गा, कर सब होरां नूं तां याद होऊगा पुरानियां गल्लां जी। हाँ जी, तो मतलब वह उदू बाद फिर होर सिंगरां कोले भी जाण दी चाहत रखी, क्योंकि बठिंडे मार्केट च रहिंदे सी, कोशिश सी मन दी वी उदों लाभ हीरा जी उन्हां दा बहुत नाम चलदा सी, स्वर्गवासी साडे भाई धर्मप्रीत जी दा बड़ा नाम चलदा सी, मैडम अमृता विरक का बड़ा नाम चलता सी, उदों कोशिश सी भी इन्हां नूं गीत विखाए जाण, इन्हां नूं गीत दिते जाण। मैं जदों कोशिश करी एक दो वारी मार्केट च गेड़े मारे ढिल्लों मैणा चौंक ढिल्लों मार्केट च, ते मैनूं मेरे उस्ताद जी मिले जी, बहुत ही नामवर ने, बहुत अच्छे शख्सियत ने, बहुत अच्छी सोच दे मालक ने, सिमरजीत सिद्धू जी बहुत अच्छे मंच संचालक ने, ते उन्होंने मैनू दो तीन वारी जो मैं नंघ दे टपते देखा, तो मैंने एक दिन उन्होंने कोल बुला के कहा, मैंने कहते पुत्र गल सुना, मैं कहा जी दसो, मैं मैंने कहते बह जा, मैं कोले बह गया, कहते भी की करते हैं तुम किमें आने इतने, मैं उन्होंने दसाया, मैं कहा जी इस तरह मैं गीत लिखदा, तो मैं गीत लिखन का शौक है, तो मेरा आह गीत हरनेक घरू जी ने करया, तो मैं होर कलाकार गीत देने की कोशिश कर रहा, तो मैं कलाकार मिलने की कोशिश कर रहा। वो मैं कहता पुत तेन मैं एक ही गल दसा, मैं कहा दसो जी, मैनू कहिंदा कलाकारां दे पिछे गेड़े मारन दा कोई फायदा नहीं, मैं कहा जी कारण, कहिंदा कलाकार गीत करदे आ पैसे लैके, जे तां पैसे हैगे आ तां चुप करके जिहनूं मर्जी गीत दे जा पैसे दे जा तेरा गीत हो जूगा, जे पैसे है नहीं तां फिर कलाकारां पिछे गीत गेड़े मारन दा कोई फायदा नहीं। मैं उहदी इह गल सुण के ना मैं भावक जिहा हो गया, मैं कहा भी बंदा वधिया भी बंदे ने गल की कही। फिर मैं दूजे तीजे दिन फिर उन्होंने मिलया, मैं सोचा मैंने सारी रात नींद नहीं आई, मैं यही सोचता रहा भी बंदे ने यार मैं ऐ टरका के जे मोड़ता क्यों, पर फिर मैं सोचा भी यार हो सकता कोई तेरे फायदे की गल हो गई। दूजे दिन मैं फिर उन्होंने जो जाके मिलया, तो मैं उन्होंने प्यार सत्कार पूछया, मैं कहा जनाब जी भी मैं आह गल दसो भी तुम मैं ए क्यों कही, मैं कहता पुत्रा एको गल तेन मैं दसदा तेरे को जमीन हैगी, मैं कहा जी नहीं, कहता फिर तेन कलाकार पिछे गेड़े मारने की कोई लड़ नहीं, तू कोई वह कम कर जिदे जेडे कलाकार तेनू सदन तेनू फोन करन भी साडे कोले आ सानू तेरी लोड़ है। मतलब कि एक उस्ताद ने तुहानू गुर देता जी। मैं कहा जी दसो मैं की इहो जिहा कर सकदा, मैनू कहिंदा कोई साज प्ले कर सकदा, मैं कहा जी नहीं, मैनू कहिंदा मैनू तेरा बोलन चलन वधिया लग गया, तू एक स्टेज सैकटरी करन लग जा जे चंगा रहना, नाले तां पुत पैसे कमाएगा ते नाले कलाकार तेनू सद्दया करनगे, कलाकार तेनू भालिया करनगे, तू कलाकारां नूं नहीं भालना। मैं उन्हां दी गल सुन के मेरे मन नूं वधिया लग्गिया, ते मैं उन्हां नूं फिर कहा, मैं कहा जी तुसी मैनूं राह पाओ माड़ा मोटा, मैनूं दसो वी इह च की करना हुंदा की नहीं करना। फिर उन्होंने जिन्ना कु मैनूं दस्या ते जो जो गल्लां मैनूं उन्हां ने दसियां मैं उन्हां दियां अज वी पल्ले नाल बन्नियां होईयां, ते फिर मैं इस राह ते तुर पिया, ते फख्र महसूस हुंदा अज वी फोन करदे आ कलाकार, बिंदरा डेट बुक करनी जे किसे सिंगर भरा नूं एक हफ्ता 10 दिन 15 दिन आप ना फोन कराया जाए तो वह फोन कर लेंगे। अच्छा भाई, ये थोड़ा सफर उस्ताद जी मिलन का है ना? हाँ जी। पहली बारी वो समा याद होना थोड़ा जो पहली बारी एज ए गीतकारी तो स्टेज सैकटरी वाले वे होवोंगे, हाँ जी, हाँ। पहली स्टेज कितने लगी सी, कदों लगी सी, किहड़े कलाकार नाल लगी सी, ते किवें महसूस होया सी? पहली स्टेज मेरी लगी सी जनाब हरनेक घरू जी नाल, उन्होंने नाल बीबा गुरतेज कोमल जी जी, ते मंडी लादूका दे जिला फाजिलका दे सन च पैंदा जी ओझा ओझा पिंड, मेरी पहली स्टेज जनाब घरू जी नाल लगी सी, ते मैं थोड़ा बहुत मैनू जो उस्ताद ने दस्या उन्ना क मैनू पता सी, ते मैं जदों पहली स्टेज ते मैनू कुछ नहीं कला लिखना ते माड़ा जिहा नाम नूं बोलने आउंदे सी, कोई स्कैट वगैरह नहीं सी, कोई चुटकले नहीं सी, कोई शेर नहीं आउंदा सी। उस स्टेज मैं नाम बोल के विआह दी स्टेज सीगी, उह सिर्फ नाम लिख के पैसे लिख के बोल के पूरी करी, ते उस तो बाद फिर मैं जदों शाम नूं जदों असीं स्टेज ला के आए ते घरू साहब ने मैनू
उस स्टेज का जी 350 रुपया दिता उस टाइम उस टाइम मतलब 96-97 की गल ही है। तो मैं मन ऐ होया भी यार आता काम बहुत वधिया बड़ी खुशी महसूस हुई। तो घरू साहब के घर आए असी फिर मैं क्योंकि उदो कोई साधन आपके को भी नहीं होंगे सी कोई उधर जान आने का भी है नहीं सी इन्ना। फिर मैं रात उन्हां कोले रहा अगले दिन मैं आया तो 350 तो अलावा उन्होंने 30 रुपये मैं किराया दिता अगले दिन आने वास्ते। कहिंदा लै भाई आ तू किराया ला के जाई आ पैसे घर लै जाई आ तू किराया ला के जाई। तो अगलिया 3 डेटा मैं फिर दूजे तीजे दिन घर आके लिखा के गए क्योंकि उदो फोन फान तो होंगे नहीं सके जी। तो फिर घर आके मैं डेटा लिखा के फिर जदों मैं इस गल का पता लग्या भी ये काम बहुत वधिया तो मेरे मन में होर हलूणा वजा। फिर हौली हौली मैं शेर याद करे चुटकले याद करे सीखे फिर कुछ बठिंडे च उस्ताद जी ने मौका मिलया स्टेजा के काम करन दा सिमरजीत सिद्धू जी नाल ते फिर थोड़ा थोड़ा अज होर सवेरे होर निखरते गए। दस्सेगा तुसी स्टेज शुरू करन लग गए हाँ जी हाँ जी ऐ जे मंच संचालक थोड़ा नाम भी बन लग गया हाँ जी हाँ जी। ਇਹਨਾਂ ਤੋਂ ਇਲਾਵਾ ਕਿਸੇ ਹੋਰ ਕਲਾਕਾਰ ਨਾਲ ਵੀ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ ਹੋਊਗਾ? ਹਾਂਜੀ ਹਾਂਜੀ ਹਾਂਜੀ। ਤੇ ਕਿੰਨੇ ਕਲਾਕਾਰਾਂ ਨਾਲ ਤੁਸੀਂ ਸਟੇਜ ਸ਼ੇਅਰ ਕੀਤੀ ਹੈ? ਮੈਂ ਜੀ ਹੁਣ ਤੱਕ ਜਨਾਬ ਹਰਨੇਕ ਘਰੂ ਤੋਂ ਲੈ ਕੇ ਜੀ ਤੇ ਤੁਹਾਨੂੰ ਦੱਸਾਂ ਗੁਰਨਾਮ ਕੋਮਲ ਜੀ, ਬੀਬਾ ਸੰਦੀਪ ਧਾਲੀਵਾਲ ਜੀ ਔਰ ਜਨਾਬ ਭੋਲਾ ਜਮਲਾ ਜੀ ਜੀ ਔਰ ਸਾਡੇ ਸਵਰਗਵਾਸੀ ਉਸਤਾਦਾਂ ਤੋਂ ਵੀ ਉਸਤਾਦ ਕਹਿ ਲਈਏ ਬਾਬਾ ਬੋੜ ਜਨਾਬ ਕਰਤਾਰ ਰਮਲਾ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਨਾਲ ਵੀ ਕਾਫੀ ਸਮਾਂ ਕੰਮ ਕਰਿਆ ਔਰ ਜਨਾਬ ਸ਼ਿੰਦਾ ਬਰਾੜ ਮੈਡਮ ਕਰਨਪ੍ਰੀਤ ਜੀ ਮਨਮੋਹਨ ਸਿੱਧੂ ਮੈਡਮ ਸੁਖਬੀਰ ਸੰਧੂ ਜੀ ਔਰ ਵੀਰ ਬਲਜਿੰਦਰ ਜੀ ਔਰ ਸਾਡੇ ਬਾਈ ਸ਼ਿੰਦਾ ਸ਼ੌਂਕੀ ਜੀ ਔਰ ਦੂਸਰਾ ਜਨਾਬ ਬਲਕਾਰਨ ਖੀਲਾ ਜੀ ਗੁਲਸ਼ਨ ਕੋਮਲ ਜੀ ਅਤੇ ਹੋਰ ਗੁਰਵੀਰ ਸਿੱਧੂ ਬਾਈ ਜੀ ਜਿਨ੍ਹਾਂ ਦਾ ਗੀਤ ਤੁਸੀਂ ਬਹੁਤ ਪਾਪੂਲਰ ਸੁਣਿਆ ਹੋਣਾ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਉਹਨਾਂ ਨਾਲ ਵੀ ਹੋਰ ਬਹੁਤ ਸਾਰੇ ਜਿਹੜੇ ਛੋਟੇ ਮਤਲਬ ਲੈਵਲ ਦੇ ਸਿੰਗਰ ਆ ਜਿਵੇਂ ਸਾਡੇ ਬਾਈ ਜਗਜੀਤ ਰੈਂਪਲ ਜੀ ਹੋ ਗਿਆ ਹੋਰ ਨਿੱਕੇ ਮੋਟੇ ਵੀਰ ਜਿਹੜੇ ਜਗਰਾਤਿਆਂ ਵਾਲੇ ਸਿੰਗਰ ਆ ਉਹਨਾਂ ਨਾਲ ਵੀ ਕਾਫੀ ਸਿੰਗਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ। ਵਿੰਦਰ ਬਾਈ ਜੀ ਇਹ ਤਾਂ ਅਸੀਂ ਤੁਹਾਡੇ ਸੰਘਰਸ਼ ਦੇ ਦਿਨ ਕਹਿ ਸਕਦੇ ਹਾਂ ਸਟਰਗਲ ਦੇ ਦਿਨ ਕਹਿ ਸਕਦੇ ਹਾਂ ਤੁਸੀਂ ਇੱਕ ਗੀਤਕਾਰ ਤੋਂ ਸਫ਼ਰ ਸ਼ੁਰੂ ਕੀਤਾ ਹੌਲੀ ਹੌਲੀ ਤੁਹਾਡੇ ਗਾਣੇ ਰਿਕਾਰਡ ਹੋਣ ਲੱਗੇ ਤੁਸੀਂ ਕਲਾਕਾਰਾਂ ਨੂੰ ਮਿਲੇ ਵਧੀਆ ਕਲਾਕਾਰਾਂ ਨੇ ਤੁਹਾਡੇ ਗਾਣੇ ਰਿਕਾਰਡ ਕੀਤੇ ਫਿਰ ਤੁਸੀਂ ਇੱਕ ਪੇਸ਼ਕਾਰ ਦੇ ਰੂਪ ਸਾਹਮਣੇ ਆਏ ਗਾਣੇ ਕੀਤੇ ਪੇਸ਼ ਕੀਤੇ ਕਲਾਕਾਰਾਂ ਨੂੰ ਪੇਸ਼ ਕੀਤਾ ਟੇਪਾਂ ਆਉਣ ਲੱਗੀਆਂ ਜਦੋਂ ਤੁਸੀਂ ਸ਼ੁਰੂਆਤ ਘਰੋਂ ਤੁਸੀਂ ਸੰਘਰਸ਼ ਕਰਦੇ ਸੀ ਹਾਂਜੀ ਹਾਂਜੀ ਬਹੁਤ ਵਧੀਆ ਸੰਯੋਗ ਮਿਲਿਆ ਜੀ ਮੇਰੇ ਫਾਦਰ ਸਾਹਿਬ ਨੂੰ ਵਧੀਆ ਸੰਯੋਗ ਮਿਲਦਾ ਰਿਹਾ ਮੇਰੀ ਮਦਰ ਨੂੰ ਵਧੀਆ ਸੰਯੋਗ ਮਿਲਿਆ ਔਰ ਮੇਰੀ ਮਿਸ ਜੀ ਨੂੰ ਬਹੁਤ ਜ਼ਿਆਦਾ ਸੰਯੋਗ ਮਿਲਿਆ ਮਾਫ ਕਰਨਾ ਆਪਣੇ ਬਾਪੂ ਜੀ ਵੀ ਗਾਉਂਦੇ ਰਹੇ ਆ ਤੁਸੀਂ ਕੋਈ ਜਦੋਂ ਗਾਣਾ ਲਿਖਦੇ ਸੀ ਤੇ ਕਦੇ ਬਾਪੂ ਨੂੰ ਦਿਖਾਇਆ ਕਿ ਬਾਪੂ ਮੈਂ ਅੱਜ ਨਵਾਂ ਗਾਣਾ ਲਿਖਿਆ ਇਹਦੇ ਆਹਾ ਬੋਲ ਹੈ ਜਾਂ ਉਹਨਾਂ ਨਾਲ ਗਾਣੇ ਸ਼ੇਅਰ ਕਰਦੇ ਸੀ ਜਾਂ ਦੋਸਤਾਂ ਤੱਕ ਸੀ ਹੁੰਦੇ ਸੀ ਨਹੀਂ ਜੀ ਮੈਂ ਉਹਨਾਂ ਨਾਲ ਕਦੇ ਕੋਈ ਗੀਤ ਨਹੀਂ ਸ਼ੇਅਰ ਕੀਤਾ ਸੀ ਨਾ ਉਹਨਾਂ ਨੂੰ ਦੱਸਿਆ ਸੀਗਾ ਉਹ ਤਾਂ ਜਦੋਂ ਕਿਤੇ ਰਿਕਾਰਡ ਹੋ ਜਾਂਦਾ ਸੀ ਉਦੋਂ ਮੈਂ ਜ਼ਰੂਰ ਸੁਣਾ ਦਿੰਦਾ ਸੀ ਉਹਨਾਂ ਨੂੰ ਵੀ ਪਾਪਾ ਜੀ ਆਹ ਮੇਰਾ ਗੀਤ ਰਿਕਾਰਡ ਹੋ ਗਿਆ ਤੇ ਆਹ ਸੁਣ ਲਓ ਤੇ ਉਦੋਂ ਸੁਣ ਕੇ ਉਹ ਬਸ ਹੱਸ ਪੈਂਦੇ ਸੀ ਕਹਿੰਦੇ ਸੀ ਵਧੀਆ ਬਸ ਇੰਨਾ ਕਹਿ ਦਿੰਦੇ ਹੌਸਲਾ ਜ਼ਰੂਰ ਦਿੰਦੇ ਹਾਂਜੀ ਹਾਂਜੀ ਤੇ ਗੱਲ ਚੱਲਦੀ ਸੀ ਫੈਮਿਲੀ ਦੀ ਫੈਮਿਲੀ ਦਾ ਕੀ ਸਹਿਯੋਗ ਸੀ ਫੈਮਿਲੀ ਦਾ ਬਹੁਤ ਵਧੀਆ ਸਹਿਯੋਗ ਰਿਹਾ ਜੀ ਆਪਾਂ ਨੂੰ ਮਤਲਬ ਨਾ ਤਾਂ ਉਹਨਾਂ ਨੇ ਇਹ ਕਿਹਾ ਵੀ ਤੂੰ ਇਹ ਕੰਮ ਛੱਡ ਦੇ ਨਾ ਉਹਨਾਂ ਨੇ ਇਹ ਕਿਹਾ ਵੀ ਤੂੰ ਇਸ ਕੰਮ 'ਚ ਕੀ ਬਣ ਜਾਏਗਾ ਉਹਨਾਂ ਨੇ ਵਧੀਆ ਸਹਿਯੋਗ ਦਿੱਤਾ ਨਾ ਆਪਾਂ ਨੂੰ ਕਦੇ ਜਾਂਦਿਆਂ ਨੂੰ ਰੋਕਿਆ ਸੀ ਵੀ ਤੁਸੀਂ ਨਾ ਕਦੇ ਪੁੱਛਿਆ ਸੀ ਵੀ ਤੁਸੀਂ ਕਿੱਥੇ ਚੱਲੇ ਹੋ ਮੇਰੇ ਮਿਸਿਜ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਅੱਜ ਤੱਕ ਨਹੀਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਚੱਲੇ ਹੋ ਕਿਹਦੇ ਨਾਲ ਚੱਲੇ ਹੋ ਕਦੋਂ ਮੁੜ ਕੇ ਆਉਂਗੇ ਕਿੰਨੇ ਪੈਸੇ ਲੈ ਕੇ ਆਏ ਹੋ ਕੀ ਕਰਕੇ ਆਏ ਹੋ ਅੱਜ ਤੱਕ ਨਹੀਂ ਕਦੇ ਪੁੱਛਿਆ ਬਹੁਤ ਵਧੀਆ ਸੰਯੋਗ ਆ ਜੀ ਜੋ ਲਿਆ ਕੇ ਦੇ ਦਿਆਂ ਉਹ ਤਰਫੋਂ ਮਨਜ਼ੂਰ ਆ ਉਹਨਾਂ ਇਹ ਵੀ ਇੱਕ ਪਲੱਸ ਪੁਆਇੰਟ ਹੋ ਸਕਦਾ ਹੈਗਾ ਕਿਉਂਕਿ ਜੇਕਰ ਘਰ ਦੇ ਵਿੱਚ ਸਾਨੂੰ ਸਪੋਰਟ ਮਿਲੇ ਸਹਿਯੋਗ ਮਿਲੇ ਤਾਂ ਬੰਦੇ ਨੂੰ ਬਹੁਤ ਸਾਰੀਆਂ ਜਿਹੜੀਆਂ ਕਠਿਨਾਈਆਂ ਉਹ ਮਤਲਬ ਬੰਦਾ ਉਹਨਾਂ ਨੂੰ ਭੁੱਲ ਜਾਂਦਾ ਜਦੋਂ ਭੁੱਲ ਜਾਂਦਾ ਅਤੇ ਜੇਕਰ ਘਰੋਂ ਵੀ ਉਹੀ ਹਾਲ ਰਹੇ ਤਾਂ ਥੋੜ੍ਹਾ ਜਿਹਾ ਔਖਾ ਲੱਗਦਾ ਹਾਂਜੀ ਹਾਂਜੀ ਤਾਂ ਮੈਂ ਚਾਹਾਂਗਾ ਜੇ ਆਪਣੇ
ਰਜਾਈ ਜੀ ਹੈਗੇ ਨੇ ਤਾਂ ਉਹਨਾਂ ਦੇ ਵੀ ਆਪਾਂ ਵਿਊ ਲੈ ਲਈਏ ਹੈ ਨਾ। ਹਾਂਜੀ 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 ਜ਼ਰੂਰ। ਕਿੱਦਾਂ ਦਾ ਸਹਿਯੋਗ ਉਹਨਾਂ ਦਾ ਮਿਲਿਆ ਜਾਂ ਉਹਨਾਂ ਨੂੰ ਕਿਵੇਂ ਮਹਿਸੂਸ ਹੁੰਦਾ ਸੀ ਜਦੋਂ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਦਿਨ ਸੀਗੇ? ਠੀਕ ਹੈ ਜੀ, ਮਿਲਾ ਦੇ ਆਪਾਂ ਜਾਈਏ ਹੈ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲ ਕਰ ਰਹੇ ਸੀ ਬਾਈ ਦੇ ਗੀਤਾਂ ਦੀ, ਬਾਈ ਦੀ ਕਲਮ ਦੀ, ਬਾਈ ਦੀ ਲੇਖਣੀ ਦੀ, ਬਾਈ ਦੇ ਗੀਤਕਾਰੀ ਸਫ਼ਰ ਦੀ, ਬਾਈ ਦੇ ਪੇਸ਼ਕਾਰੀ ਸਫ਼ਰ ਦੀ, ਤੇ ਤੁਹਾਨੂੰ ਕਿਵੇਂ ਲੱਗਿਆ ਜਦੋਂ ਬਾਈ ਦਾ ਸਟਾਰਟਿੰਗ ਸ਼ੁਰੂਆਤ ਟਾਈਮ ਸੀ, ਸੰਘਰਸ਼ ਦਾ ਟਾਈਮ ਸੀ, ਤੁਸੀਂ ਉਦੋਂ ਸਾਥ ਦਿੱਤਾ ਸੀਗਾ ਜਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਸੀ? ਜੀ ਅਸੀਂ ਤਾਂ ਵਧੀਆ ਹੀ ਦਿੱਤਾ ਸੀ, ਅਸੀਂ ਆਏ ਸੀ ਵੀ ਚੱਲ ਕੰਮ ਸਾਡਾ ਚਾਲ ਚਾਲ ਹੋ ਜੇ ਵਧੀਆ ਜੀ, ਅਤੇ ਸਾਡੀ ਮੋਤੀ ਬਾਬਰੀ ਤੱਕ ਜੀ। ਤੇ ਤੁਸੀਂ ਮੇਲਿਆਂ ਦੇ ਵੀ ਦੇਖਿਆ ਹੋਊ, ਤੁਹਾਨੂੰ ਕਿਵੇਂ ਜਿਹਾ ਮਹਿਸੂਸ ਹੁੰਦਾ ਸੀ ਜਦੋਂ ਸਟੇਜ ਤੇ ਬਾਈ ਜੀ ਖੜਦੇ ਸੀ, ਲੋਕਾਂ ਦਾ ਪਿਆਰ ਸਤਿਕਾਰ ਮਿਲਦਾ ਸੀ, ਤਾੜੀਆਂ ਮਿਲਦੀਆਂ ਸੀ, ਹੈ ਨਾ, ਲੋਕ ਉਡੀਕਦੇ ਕਿਵੇਂ ਸੀ, ਉਹ ਤੁਸੀਂ ਜਦੋਂ ਮਾਹੌਲ ਦੇਖਦੇ ਸੀ ਤੁਹਾਨੂੰ ਕਿਵੇਂ ਫੀਲ ਹੁੰਦਾ ਸੀ? ਸਾਨੂੰ ਵਧੀਆ ਜੀ ਹੁੰਦਾ ਸੀ, ਅਤੇ ਜਾਂਦੇ ਸੀ, ਲਿਆਉਂਦੇ ਸੀ, ਸਾਡਾ ਢਿੱਡ ਭਰਦੇ ਸੀਗੇ, ਬੱਚੇ ਪੜ੍ਹਾਏ ਅਸੀਂ, ਲਿਖਾਏ ਇਸੇ ਕਮਾਈ ਨਾਲ ਹੀ। ਹਾਂਜੀ ਇੰਦਰ ਬਾਈ ਜੀ, ਤੁਸੀਂ ਐਜ਼ ਏ ਗੀਤਕਾਰ, ਐਜ਼ ਏ ਪ੍ਰੈਜੈਂਟੇਸ਼ਨ ਪੇਸ਼ਕਾਰ, ਬਹੁਤ ਸਾਰੀਆਂ ਕੈਸਟਾਂ ਦਿੱਤੀਆਂ, ਬਹੁਤ ਸਾਰੇ ਕਲਾਕਾਰਾਂ ਨੂੰ ਵੀ ਲੈ ਕੇ ਆਉਂਦਾ ਮਾਰਕੀਟ 'ਚ, ਨਵਿਆਂ ਨੂੰ ਵੀ ਲੈ ਕੇ ਆਉਂਦਾ, ਪੁਰਾਣੇ ਨੂੰ ਗਾਣੇ ਵੀ ਦਿੱਤੇ। ਅੱਜ ਕਿਸਾਨ ਅੰਦੋਲਨ ਦਾ ਜਿਹੜਾ ਸਮਾਂ, ਤੁਸੀਂ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਤੁਸੀਂ ਹੁਣ ਕਦੇ ਆਪਦੀ ਕਲਮ ਦੇ ਵਿੱਚੋਂ ਕੁਛ ਲਿਖਿਆ ਕਿਸਾਨ ਅੰਦੋਲਨ ਦੇ ਵਾਸਤੇ, ਕੋਈ ਉਹਨਾਂ ਨੂੰ ਸਮਾਂ ਦਿੱਤਾ, ਜਾਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਜੀ, ਉਹਨਾਂ ਨਾਲ ਦਿਲੋਂ ਕਿਸਾਨਾਂ ਨਾਲ ਅਸੀਂ ਖੜ੍ਹੇ, ਕਿਉਂਕਿ ਅਸੀਂ ਖੁਦ ਕਿਸਾਨ ਹਾਂ ਜੀ, ਕਿਉਂਕਿ ਜ਼ਮੀਨ ਚਲੋ ਸਾਡੇ ਕੋਲ ਹੈ ਨਹੀਂ, ਪਰ ਅਸੀਂ ਖੇਤਾਂ 'ਚ ਕਿਸਾਨੀ ਅੱਜ ਵੀ ਕਰਦੇ ਹਾਂ ਜੀ, ਕਿਉਂਕਿ ਮੈਂ ਗਾਇਕੀ ਦੇ, ਗੀਤਕਾਰੀ ਦੇ, ਮੰਚ ਸੰਚਾਲਕੀ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਕਰਦਾ, ਜਿਵੇਂ ਕੰਬਾਈਨ ਹੁਣ ਕਣਕ ਵੱਢਾਂਗੇ, ਫਿਰ ਝੋਨਾ ਵੱਢਾਂਗੇ, ਝੋਨਾ ਲਾਉਂਦੇ ਹਾਂ, ਟਰੈਕਟਰ ਚਲਾਉਂਦੇ ਹਾਂ, ਜ਼ਮੀਨਾਂ ਵਾਹੁੰਦੇ ਹਾਂ, ਕਿਸਾਨੀ ਖੁਦ ਕਰਦੇ ਹਾਂ ਜੀ, ਕਿਉਂਕਿ ਅਸੀਂ ਖੁਦ ਕਿਸਾਨ ਹਾਂ, ਕਿਸਾਨਾਂ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ ਜੀ। ਸੋ ਕਿਸਾਨਾਂ ਦਾ ਜਿਹੜਾ, ਕਿਸਾਨਾਂ ਦਾ ਐਡਾ ਵੱਡਾ ਕਹਿਰ ਝੁੱਲਿਆ, ਅਤੇ 24 ਘੰਟੇ ਸੁਬਹਾ ਸ਼ਾਮ ਨਿਤਨੇਮ ਕਰਦੇ ਹਾਂ ਜਦੋਂ ਵੀ, ਅਤੇ ਉਦੋਂ ਵੀ, ਅਤੇ 24 ਘੰਟੇ ਇਹੀ ਅਰਦਾਸ ਕਰਦੇ ਰਹਿੰਦੇ ਹਾਂ ਵੀ ਪਰਮਾਤਮਾ ਕਿਸਾਨਾਂ ਦੇ ਹੱਕ 'ਚ ਖੜੋ, ਅਤੇ ਸੱਚੇ ਪਾਤਸ਼ਾਹ ਕਿਸਾਨ ਜੋ ਹੱਕ ਮੰਗਦੇ ਆ, ਮਜ਼ਦੂਰ ਜੋ ਹੱਕ ਮੰਗਦੇ ਆ, ਇਹਨਾਂ ਨੂੰ ਦਬਾਓ। ਉਹ ਤਾਂ ਮੈਂ ਤੁਹਾਡੀ ਗੱਲ ਮੰਨੀ, ਤੁਸੀਂ ਨੱਚਣ ਵਾਲੇ ਵੀ ਗੀਤ ਲਿਖੇ ਹੋਣਗੇ, ਹਾਂਜੀ, ਉਦਾਸ ਰੰਗ ਵੀ ਲਿਖਿਆ ਹੋਊਗਾ, ਹਾਂਜੀ ਹਾਂਜੀ। ਜਦੋਂ ਹੁਣ ਕਿਸਾਨਾਂ ਦੇ ਵਕਤ ਪਿਆ, ਤੁਸੀਂ ਕਿਸਾਨਾਂ ਲਈ ਕੋਈ ਗੀਤ ਦੇ ਰੂਪ 'ਚ ਦੋ ਲੈਣਾ ਲਿਖੀਆਂ ਜੀ ਲਿਖੀਆਂ ਤਾਂ ਆਪਾਂ ਸਾਡੇ ਮਿਊਜ਼ਿਕ ਪੁਆਇੰਟ ਦੇ ਅਫੀਸ਼ੀਅਲ ਚੈਨਲ 'ਤੇ ਜਿਹਨੇ ਸਾਨੂੰ ਦੇਖ ਰਹੇ ਨੇ, ਆਪਾਂ ਉਹਨਾਂ ਨਾਲ ਸਾਂਝੀਆਂ ਕਰ ਲਈਏ, ਮੇਰੇ ਖਿਆਲ 'ਚ ਕਰ ਲੈਂਦੇ ਜੀ, ਜ਼ਰੂਰ ਲਿਖੀਆਂ ਆਪਣੇ ਸੰਦੀਪ ਢਿੱਲੋਂ ਕੁੜੀ ਗਾਇਕਾ ਜੀ, ਉਹਨਾਂ ਨੇ ਮੇਰਾ ਇਹ ਗੀਤ ਵੀ ਰਿਕਾਰਡ ਕਰਿਆ, ਔਰ ਮੈਂ ਇਹ ਯੂਟਿਊਬ 'ਤੇ ਪਾਇਆ, ਆਨੰਦ ਕੰਪਨੀ ਨੇ ਆਪਣਾ ਇਹ ਜਿਹੜਾ ਯੂਟਿਊਬ 'ਤੇ ਪਾਇਆ ਹੋਇਆ ਜੀ। ਇਸ ਗੀਤ ਨੂੰ ਬਹੁਤ ਸਾਰੇ ਵਿਊ ਮਿਲੇ ਆ, 850-850 ਵਿਊ ਮਿਲ ਗਿਆ ਅੱਜ ਮੇਰੇ ਖਿਆਲ 20 ਦਿਨਾਂ ਦੇ ਵਿੱਚ ਵਿੱਚ, ਆਹ 20 ਦਿਨ ਹੀ ਹੋਏ ਆ, ਪਿਛਲੇ 20 ਦਿਨਾਂ 'ਚ ਹੀ ਮੈਂ ਗੀਤ ਕਰਕੇ ਪਾਇਆ, ਉਹਦੀ ਮੈਂ ਸ਼ੂਟਿੰਗ ਵੀ ਆਪਦੇ ਪਿੰਡ ਹੀ ਕਰੀ ਇੱਥੇ, ਔਰ ਵਿਦ ਵੀਡੀਓ ਗੀਤ ਲਿਖਿਆ ਕਿਸਾਨਾਂ ਦਾ, ਮੈਂ ਲਿਖਿਆ ਸੀਗਾ ਦਿੱਲੀਏ ਤੂੰ ਸਾਡੇ ਬਾਰੇ ਕੱਖ ਨਹੀਂ ਵਿਚਾਰਿਆ, ਸਾਡੇ ਗੁਰੂਆਂ ਨੇ ਸੀਸ ਤੇਰੇ ਉੱਤੋਂ ਵਾਰਿਆ, ਦਿੱਲੀਏ ਤੂੰ ਸਾਡੇ ਬਾਰੇ ਕੱਖ ਨਹੀਂ ਵਿਚਾਰਿਆ, ਸਾਡੇ ਗੁਰੂਆਂ ਨੇ ਸੀਸ ਤੇਰੇ ਉੱਤੋਂ ਵਾਰਿਆ, ਦਿੱਲੀਏ ਤੂੰ ਇੰਨੀ ਗੱਲ ਤੋਂ ਦਿੱਲੀ ਹੋਊਗੀ ਨਹੀਂ, ਦੱਸ ਕਿਹੜਾ ਤੂੰ ਪੰਜਾਬ ਨਾਲ ਵੈਰ ਕੱਢਿਆ, ਜਿਹੜਾ ਮੇਨ ਇਹਦਾ ਉਹ ਹੈਗਾ, ਅੱਜ ਵੀ ਯੂਟਿਊਬ 'ਤੇ ਚੱਲਦਾ ਜੀ ਉਹ, ਮੈਂ ਸਾਰੇ ਦਰਸ਼ਕਾਂ ਨੂੰ, ਜਿੰਨੇ ਵੀ ਮੇਰੇ ਵੀਰ ਦੇਖ ਰਹੇ ਆ ਆਪਣੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਯੂਟਿਊਬ 'ਤੇ ਕੱਢ ਕੇ ਦਿੱਲੀਏ ਪੰਜਾਬ ਨਾਲ ਵੈਰ, ਔਰ ਗਾਇਕਾ ਸੰਦੀਪ ਢਿੱਲੋਂ ਗੀਤ ਸੁਣ ਸਕਦੇ ਹੋ, ਮੇਰਾ ਆਪਦਾ ਗੀਤ ਲਿਖਿਆ ਹੋਇਆ ਜੀ, ਉਹਦੇ 'ਚ ਮਤਲਬ ਬਹੁਤ ਵਧੀਆ ਜਿਹੜਾ ਕਿਸਾਨੀ ਦਾ, ਜਿਹੜਾ ਜਿੰਨਾ ਕੁ ਆਪਣਾ ਹਮਦਰਦੀ ਆਪਣੇ ਅੰਦਰੋਂ ਉੱਠੀ ਉੱਨੀ ਕੁ ਜਿਤਾਈ ਹੈ ਕਿਸਾਨਾਂ ਨੂੰ। ਹਾਂਜੀ, ਸੋ ਦੋਸਤੋ, ਬੇਸ਼ੱਕ ਸਮਾਂ ਸਾਡੇ ਕੋਲ ਸੀਮਿਤ ਹੈ, ਬਹੁਤ ਸਾਰੀਆਂ ਗੱਲਾਂ ਬਾਈ ਦੇ ਨਾਲ ਆਪਾਂ ਹੋਰ ਵੀ ਕਰਨੀਆਂ ਸੀ, ਇੱਕ ਵਾਰੀ ਫਿਰ ਕਿਤੇ ਸਮਾਂ ਰੱਖਾਂਗੇ, ਬਾਈ ਦੇ ਨਾਲ ਖੁੱਲ੍ਹੀ ਡੁੱਲੀ ਮੁਲਾਕਾਤ ਕਰਾਂਗੇ। ਸੋ ਜਾਂਦੇ ਜਾਂਦੇ ਮੈਂ ਬਾਈ ਨੂੰ ਪੁੱਛਾਂਗਾ ਕਿ ਬਾਈ ਜੀ, ਤੁਸੀਂ ਆਪਣੇ ਮਿਊਜ਼ਿਕ ਪੁਆਇੰਟ ਅਫੀਸ਼ੀਅਲ ਚੈਨਲ 'ਤੇ ਆਪਣੇ ਵਿਚਾਰ ਸਾਂਝੇ ਕਰੋ, ਤੁਸੀਂ ਕਿੱਦਾਂ ਦੇ ਗੀਤ ਮਤਲਬ ਅੱਗੇ ਸਮਾਜ ਨੂੰ ਦਿਓਗੇ, ਕਿੱਦਾਂ ਤੁਸੀਂ ਕਲਾਕਾਰਾਂ ਨੂੰ ਲੈ ਕੇ ਆਓਗੇ, ਤੁਹਾਡੀਆਂ ਯੋਜਨਾਵਾਂ ਕੀ ਹੈ? ਦੇਖੋ ਜੀ, ਯੋਜਨਾਵਾਂ ਇਹ ਹੈ, ਮੇਰਾ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਮੇਰੀ ਵੀ, ਜੋ ਲਿਖੋ ਚੰਗਾ ਲਿਖੋ, ਥੋੜ੍ਹਾ ਲਿਖੋ ਚੰਗਾ ਲਿਖੋ, ਜਿਹੜਾ
अपनी भैन नू सब तो पहला अपनी माँ नू अपनी धी नू आपां शेयर कर सकीए भी असी भैन जी मेरी ये धीए मेरी ये माँ जी मैं आप बैठ के सुनो मैं आ गीत लिखा वो एक परिवारक हो गए चलो जिहड़ा लच्चरता तो दूर हो गए ते मेरे काफ़ी सारे गीत इहोजे आ जी जिहड़े लच्चरता तो बहुत दूर है और परिवारक गीत मेरे हैगे आ गीतां दी गल चल पई मेरा एक गीत लिखा सीगा जी अज वह बहुत सारे कलाकारों गा रहे वैसे रिकॉर्ड नहीं होया रिकॉर्ड होया सी पर उहदे चों मेरा नाम कट्टिया गया बठिंडे परम बराड़ जी उन्हां नाल हुंदे सी उत्थे मैं गीत लिखिया सीगा दोवां जीआं दी मियां बीबी दा मतलब नोक झोक सीगी भी पति जिहड़ा शराब पी के कदे किसे नाल लड़ पिया कदे किसे नाल लड़ पिया ते घरवाली बड़े तंग हो के उहनूं फिर एक दिन मेहणा मारदी सी कहिंदी छड जावा तेरा घर बार ढोलना वे मेरा अक गया जी फिर दी आ कल दी पुलिस भाल दी वाका करिया की उहां दा मंगिया सी ठेके तो वधी अरकाने भईया टुट के पिया घर दी कढ़ी दे पैग लगे सी नहीं मेरे भईया कुटिया गया मतलब बहुत साफ सुथरा गीत सी एक मियाँ बीबी दी लड़ाई सी ते पता नहीं किहड़ी वजह नाल उहने जग्गे पायल वाले मुंडा जग्गा सी पायल कंपनी च कम करदा उहदा नां पाता सीगा मेरा नां कटता सी उदों बाद मैं उहदे नाल थोड़ा जिहा गुस्से भी होया ते वो अज भी बहुत सारे कलाकार उस गीत नूं गा रहे भाई शंदा बराड़ अवतार चमक जी सॉरी मैं माफ करना भुल गया सी पहला अवतार चमक जी नाल मैं अज भी कम कर रहा काफ़ी लंबा समा हो गया उन्हां नाल कम करदे नूं ते वो भी गा रहे है गुरनाम कोमल जी गा रहे हरनेक घरू जी भी गा रहे है मतलब काफ़ी सिंगर इस गीत नूं गा रहे है भाई जी भविख दीआं योजना दी गल कीती सी तुसीं होर किहड़े किहड़े कलाकारां नूं पेश कर रहे हो तुहाडीआं भविख दीआं योजनावां किदां दीआं भविख दी योजनावां तो यही है जी हुण जे कोई नवें चेहरे आउंदे अपने जे कोई हुण जिहड़े कॉन्टैक्ट च हैगे आ उहनां नूं जिवें हुण संदीप ढिल्लों नूं मैं पेश करिया जी गीत उहनां नूं पसानी दा लै के दित्ता होर मेरे काफ़ी गीत उस सोलो गीत हैगे आ उहनां नूं रिकॉर्ड करनगे तो जरूर पेश करांगे जी ते जिहड़े होर भी जिन्ने भी कोई सिंगर जिहड़े जिवें जिवें कॉन्टैक्ट च आउणगे उवें उवें उहनां नूं पेश करदे रहांगे जी सो इह सी अपना प्यारा वीर बिंदर चक सुहेले वाली गीतकार से पेशकार उस तो बहुत सारिया गलों दिल के हो रहा है असी गल कर पर समा इजाजत दिन का एक बार फिर किसी खुले डुली मुलाकात के नाल तुहानू बाई नाल मिलावांगे तो अज तक का जिहड़ा साडा सफर सीगा इत्थे समाप्त करते हैं इजाजत दिओ सत श्री अकाल नानक नाम चढ़दी कला तेरे भाणे सरबत दा भला।